इत्थे तुहानू पता है कि होर भी मेरे को कई इदां दीआं कंप्लेंटां आईआं सी कि वी आई पी ट्रीटमेंट बिक्रम मजीठिया नूं दित्ता जा रहा, क्लीयर इंस्ट्रक्शन दिते गए आ, किसी नाल कोई वैर नहीं ते पर किसी नाल कोई प्यार भी नहीं, किसी नूं कोई पॉलिटिकल पैटर्नेज असीं बर्दाश्त नहीं करांगे। जे अगर कोई भी ऑफिसर गिल्टी पाया गया, सी एम साहब भगवंत मान जी दे क्लीयर इंस्ट्रक्शनस है, कोई सैकेंड वार्निंग नहीं, ही और शी विल बी सस्पेंडेड। मैं साफ दस दवां, एक कैदी है जिहड़ा ਉਹ ਕੈਦੀ ਵਾਂਗੂ ਟ੍ਰੀਟਮੈਂਟ ਹੋ ਗਿਆ। ਪ੍ਰਿਜ਼ਨਰ ਰੂਲਸ ਨੇ ਜੋ ਬਾਕੀ ਪੰਜਾਬ ਦੇ ਬਾਕੀ ਕੈਦੀਆਂ ਨੇ ਉਵੇਂ ਸਾਡੇ ਲਈ ਬਿਕਰਮ ਮਜੀਠੀਆ। ਜੇ ਅਗਰ ਕਿਸੇ ਨੇ ਮਿਲਣਾ ਜਿਵੇਂ ਮਿਲਣੀ ਹੁੰਦੀ ਹੈ, ਜੋ ਪ੍ਰੋਸੀਜਰ ਉਦਾਂ ਉਹ ਕਿਸੇ ਨੂੰ ਕੋਈ ਵੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਤੱਕ। ਮੈਂ ਖੜਾ ਪਟਿਆਲਾ ਦੀ ਸੈਂਟਰਲ ਜੇਲ 'ਚ, ਜਿੱਥੇ ਕਿ ਬੜੇ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਬੰਦ ਹਨ। ਪਟਿਆਲਾ ਦੇ ਜੇਲਰ ਵੱਲੋਂ ਕੱਲ੍ਹ ਇਹ ਕਿਹਾ ਗਿਆ ਸੀਗਾ ਕਿ ਉਹਨਾਂ ਨੂੰ ਏ ਡੀ ਜੀ ਪੀ ਸਿਕਿਉਰਿਟੀ ਵੱਲੋਂ ਇਹ ਇੱਕ ਪੱਤਰ ਮਿਲਿਆ ਹੈ ਜਿਹਦੇ 'ਚ ਇਹ ਆਖਿਆ ਗਿਆ ਹੈ ਕਿ ਮਨਜੀਠੀਆ ਦੀ ਜਾਨ ਨੂੰ ਖਤਰਾ ਹੈ, ਜਿਹਨੂੰ ਦੇਖਦੇ ਹੋਏ ਜੇਲਰ ਸਾਹਿਬ ਵੱਲੋਂ ਇਹ ਹਦਾਇਤ ਕੀਤੀ ਗਈ ਹੈ ਕਿ ਉਹਨਾਂ ਨੇ ਜੇਲ੍ਹ ਦੇ ਅੰਦਰ ਸਿਕਿਉਰਿਟੀ ਜਿਹੜੀ ਹੈਗੀ ਵਧਾ ਦਿੱਤੀ ਗਈ ਹੈ ਅਤੇ ਮਨਜੀਠੀਆ ਦੀ ਸਿਕਿਉਰਿਟੀ ਵੀ ਵਧਾਈ ਗਈ ਹੈ। ਅੱਜ ਅਚਾਨਚੱਕ ਪੰਜਾਬ ਦੇ ਜੇਲ੍ਹ ਨਵੇਂ ਬਣੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਪਟਿਆਲਾ ਦੀ ਸੈਂਟਰਲ ਜੇਲ੍ਹ ਵਿਖੇ ਦੌਰਾ ਕੀਤਾ ਅਤੇ ਉਹਨਾਂ ਵੱਲੋਂ ਵੀ ਇਹ ਹਦਾਇਤ ਦਿੱਤੀ ਗਈ ਹੈ ਕਿ ਮਨਜੀਠੀਆ ਨੂੰ ਕੋਈ ਵੀ ਆਈ ਪੀ ਟ੍ਰੀਟਮੈਂਟ ਨਹੀਂ ਦਿੱਤਾ ਜਾਊਗਾ, ਉਹ ਇੱਕ ਆਮ ਕੈਦੀ ਦੀ ਤਰ੍ਹਾਂ ਹੀ ਟ੍ਰੀਟ ਕਰੇ ਜਾਣਗੇ। ਜਿਸ ਤਰ੍ਹਾਂ ਇੱਕ ਆਮ ਕੈਦੀ ਦੇ ਵਾਸਤੇ ਆਮ ਨੋਰਮਲ ਰੂਲ ਫੋਲੋ ਕੀਤੇ ਜਾਂਦੇ ਆ, ਉਹਦੇ ਵਾਸਤੇ ਵੀ ਉਹੀ ਰਹੇਗਾ। ਕਿਸੇ ਨੂੰ ਕੋਈ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਜਾਏਗੀ। ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮੁਨੀਸ਼ ਕੌਸ਼ਲ।